बिलियो अज फिर उस आप फार्म ते पहुंच गए जी। आप पहला वीडियो पाई सी बहुत घट बजट के जोड़ा बकरियां का फार्म तैयार हो रहा की जेडे ये प्रबंध किए गए आप सारी जानकारी लैके दें अपने बई बराड़ आ राजवीरे वाला बराड़ बई सत श्रीकाल पहला तो होर कहवा सीता बई तो दो फिर जानकारी बई सब तो पहला तो जो आप स्टार्टिंग ही इतों शुरू करिए भी ये बई ने जोड़ा गारे के चिनाई की दोस्तों तो घट बजट के जी उपर भी छत पाई से वह भी जी बांस की पाई सी तो बराड़ा कितने जे जावड़ा जे आप कम देखिए भी 100 चो 40 पैसे निबड़ गया बई माल रखना पैंदा बीटल सेल प्रोसीजर मंडिया ते नहीं बई पता लगता ठगी पा जांदी है अपना जो फिक्स रेट हुंदा जिहड़ी चीज आपां दस के देनी है तुसीं उहनूं नहीं फिट 6 महीने साल बाद तुहाडा मन अक गया तुसीं बकरी उन्ने पैसां च वापस कर जाओ पर बकरी मेरी तंदुरुस्त होवे जिहदी तंदुरुस्त होवे कोई नुकस नहीं पिया होना चाहीदा आपां बणाउणा आउटडोर दा बई मूहरे रखण दा कारण आ बई जदों गर्मी है ना हवा हुआ वधिया पवे ते आ थल्लों वार आपां तां बई मूहरे नहीं रखे कोई सप्प सलूती नाल अंदर वड़ जाए ठीक है तकरीबन बाई ने जिहड़ियां तैयार करतियां ते बराड़ा जे खुरनी दी उचाई देखिए बई सब तो पहला तां किन्ने फुट ते जिहड़ी इहदी रखी आ उचाई इह बई 2.25 फुट ते है क्योंकि जो बकरी ने पैर पा धाना नीरे पठे दूजिया बकरियां खांदियां नहीं ते ओ उस तो बाद जे देखिए आह जेड़ा अंदर ला गया बई ये 20 फुट तां इहदी है ना चढ़ाई आ गई सारी 20 फुट सी पर तैयार हुण घट है अच्छा उधरली साइड ते जेड़ा 4 फुट अपना कवर हो गया ओ जेड़ा आपां रख्या बई इहनूं दिखा आ भी दिखा दें बई बराड़ इधरों ये रास्ता रख्या कमरे तो सीधा अच्छा उधरों फीड लैके आऊगा बंदा जां कोई नीरा पट्ठा पाउणा बकरियां पैर नहीं मैदियां डोलदियां नहीं सोडे हत्थां चों नहीं खोंदियां ते जे इहदी आए लंबाई देखिए बराड़ किन्ने फुट आ बई आए लंबाई बई 50 फुट चढ़ाई आपां रखी 20 फुट 20 फुट ते ए 8 गाडर पए आ क्वांटल क्वांटल दे गाडर पए आ सरकाने दी छत पाई आपां 50,000 रुपए छत ते खर्चा आया बिना लेबर तो जे सरकाने दी छत बई देखिए इहदा फायदा की रहिंदा घट बजट दे विच तैयार होई आ जां कोई होर वी फायदा इहदा ਇਹ ਬਈ ਚਲੋ ਬਜਟ ਤਾਂ ਘੱਟ ਹੀ ਜਦੋਂ ਆਪਾਂ ਨਾ ਮੈਂ ਬੱਕਰੀ 50,000 ਦੀ ਇੱਕ ਪਾਉਣੀ ਹੈ ਨਾ ਆਪਾਂ ਛੱਤ ਤੇ ਲੀਟਰ ਵੀ ਪਾ ਦਿੰਦੇ ਠੀਕ ਹੈ ਇਹ ਹੁਣ ਚਲੋ ਊਂ ਦੇਖਣ ਜੀ ਤਾਂ ਲੱਗਦੀ ਹੈ ਪਰ ਇਹ ਬਈ ਗਰਮੀਆਂ 'ਚ ਰਹੂਗੀ ਠੰਡੀ ਸੁਣੋ ਤੁਸੀਂ ਗਰਮੀਆਂ 'ਚ ਆਓ ਜੇ ਬਾਈ ਆਹ ਵੀਡੀਓ 'ਚ ਆਪਾਂ ਰਿਕਾਰਡ ਔਨ ਰਿਕਾਰਡ ਕਹਿ ਰਹੇ ਹਾਂ ਇੱਥੇ ਬਿਨਾਂ ਪੱਖੇ ਤੋਂ ਬਿਨਾਂ ਏਸੀ ਬਿਨਾਂ ਕੂਲਰ ਤੋਂ ਪੈ ਕੇ ਦਿਖਾਊਂਗਾ ਸਾਰਾ ਦਿਨ ਮੈਂ ਇੱਥੇ ਠੰਡੀ ਰਹੂਗੀ ਛੱਤ ਇਹ ਤੇ ਹੁਣ ਸਿਆਲਾਂ 'ਚ ਰਹੂਗੀ ਨਿੱਘੀ ਇਹ ਬਈ ਹਾਂ ਪੂਰੀ ਫ੍ਰੈਂਡਲੀ ਹੈ ਇਹ ਛੱਤ ਪਸ਼ੂਆਂ ਵਾਸਤੇ ਘੋੜੀਆਂ ਤੇ ਪਾ ਦਿਓ ਅਮਰੀਕਨ ਗਾਂ ਗਾਣਾ ਤੇ ਪਾ ਦਿਓ ਗਾਂ ਫੰਡਰ ਹੋ ਗਈ ਮੈਨੂੰ ਫੜ ਲਓ ਜੀ ਟੈਂਪਰੇਚਰ ਜਿਹੜਾ ਮੇਨਟੇਨ ਰਹਿੰਦਾ ਬਈ ਸਸਤੀ ਵੀ ਆ ਸਾਰਾ ਕੁਝ ਆ ਇਹ ਨਾਲੇ ਇਹ ਚ ਰੁਜ਼ਗਾਰ ਮਿਲਿਆ ਆਪਣੇ ਕਿਸਾਨਾਂ ਦਾ ਹੀ ਬਾਂਸ ਆ ਸਾਰਾ ਕੁਝ ਤੇ ਉਹਨਾਂ ਨੂੰ ਤੇ ਇਹ ਜਿਵੇਂ ਅਲੱਗ ਅਲੱਗ ਪੋਰਸ਼ਨ ਬਣਾਏ ਬਈ ਇਹ ਫਿਰ ਕਿਸ ਤਰ੍ਹਾਂ ਡਿਵਾਈਡ ਕੀਤਾ ਇਹਨਾਂ ਨੂੰ ਇਹ ਡਿਵਾਈਡ ਬਈ ਤੁਸੀਂ ਆਪ ਦੇ ਹਿਸਾਬ ਤੇ ਕਰ ਸਕਦੇ ਹੋ 5 ਪੋਰਸ਼ਨ ਹੋਣੇ ਚਾਹੀਦੇ ਆ ਤੁਹਾਡੇ ਜੀ ਤੇ ਬਾਕੀ ਆਪਾਂ ਮੈਂ ਆਪ ਦੇ ਅਕੋਰਡਿੰਗ ਬਣਾਇਆ ਕਿਉਂਕਿ ਮੇਰੇ ਵਿੱਚ ਵਪਾਰ ਦਾ ਕੰਮ ਵੀ ਹੈ ਜੀ ਤੇ ਆ ਮੈਂ ਰੱਖਿਆ ਬੀਟਲ ਬੱਕਰੀਆਂ ਆ ਹੈਗੇ 2 ਬਰਬਰੀ ਤੇ ਉਹ ਲਾਸਟ ਤੇ ਹੈਗਾ ਮੇਵਣੇ ਵਾਲਾ ਜਿਹੜਾ ਆਪਣੇ ਕਮਰੇ ਬੰਨੀ ਹੈ ਜੀ ਉਧਰਲੀ ਸਾਈਡ ਤੇ ਉਹ ਆਪਾਂ ਥੋੜਾ ਜਿਹਾ ਥਾਂ ਐਤਕੀ ਕਵਰ ਕਰ ਲਿਆ ਫੀਡ ਵਗੈਰਾ ਵਾਸਤੇ ਕਿਉਂਕਿ ਮੈਂ ਅਜੇ ਸਟੋਰ ਨਹੀਂ ਬਣਾਉਣਾ ਥੋੜਾ ਜਿਹਾ ਹਜੇ ਆਪਣੇ ਕੋਲੇ ਮੰਨ ਲਓ ਕੰਡੀਸ਼ਨ ਨਹੀਂ ਉਹ ਜੀ ਹੈ ਉਹ ਸਟੋਰ ਬਣਾਉਣ ਵਾਸਤੇ ਆਪਾਂ ਉਹ ਛੋਟਾ ਜਿਹਾ ਵਿੱਚ ਹੀ ਕਵਰ ਕਰ ਲਿਆ ਬਾਅਦ ਚੋਂ ਚੱਕ ਲਿਆਂਗੇ ਜਦੋਂ ਸਟੋਰ ਬਣ ਗਿਆ ਕਿੰਨੇ ਕੁ ਟਾਈਮ ਤੱਕ ਬਈ ਜਿਹੜੀ ਓਪਨਿੰਗ ਹੋ ਜੂਗੀ ਆਪਣੇ ਫਾਰਮ ਦੀ ਜੇ ਆਪਣੇ ਇਹ ਬਈ 10 ਤੋਂ 15 ਦਿਨ ਲੱਗਣਗੇ ਜਿੱਦਣ ਟ੍ਰੇਨਿੰਗ ਆ ਆਪਣੀ ਟ੍ਰੇਨਿੰਗ ਵਾਲੇ ਦਿਨ 30-31 ਨੂੰ ਆਪਾਂ ਫੁੱਲ ਤਿਆਰ ਕਰ ਦਾਂਗੇ ਇਹ ਜੀ ਕਿੰਨੀ ਜਗ੍ਹਾ ਦੇ ਵਿੱਚ ਬਈ ਜੇ ਆਪਾਂ ਦੇਖੀਏ ਫਾਰਮ ਤੁਸੀਂ ਬਣਾਉਣ ਜਾ ਰਹੇ ਆ ਫਾਰਮ ਬਈ ਸਾਰਾ ਦਾ 4 ਕਨਾਲਾਂ ਰੱਖਾਂਗੇ ਆਪਾਂ ਜੀ ਤੇ ਆ ਥੋੜਾ ਜਿਹਾ ਵੇਖ ਲਓ ਏਰੀਆ ਕਿੰਨਾ ਕ ਹੋਊਗੀ 1.5 ਕਨਾਲ ਇਹ ਤੇ ਆ ਨਾਲ ਆਪਾਂ ਰੂਮ ਰੱਖਿਆ ਬਾਹਰ ਬੜੇ ਘੈਂਟ ਰੱਖਿਆ ਬਈ ਇਹ ਫਿਰ ਕਿਸ ਤਰ੍ਹਾਂ ਖਿਆਲ ਆਇਆ ਬਾਹਰ ਗੋਲ ਕਰਕੇ ਭਰਾਵਾਂ ਦੇ ਜਿਹੜੇ ਘੋੜੀਆਂ ਦੇ
ਸ਼ੌਂਕੀ ਹੈ ਨਾ ਆਪਾਂ ਨਾ ਘੋੜਾਣਾ ਦੇ ਬਹੁਤ ਮਿੱਤਰ ਪਿਆਰੇ ਹੈਗੇ ਆਪਣੇ ਜੀ ਬਰਗਾੜੇ ਦੇ ਬਰਾੜ ਵਰਗੇ ਹੋ ਗਏ ਹੋਰ ਹੋ ਗਏ ਭਰਾ ਹਨਾ ਤੇ ਉਦੋਂ ਮੈਂ ਜਾਂਦਾ ਸੀ ਨਾ ਘੋੜਿਆਂ ਵਾਲੇ ਗੋਲ ਬਾਹਰ ਰੱਖਦੇ ਸੀ ਇਹ ਮੇਰਾ ਸੁਪਨਾ ਸੀ ਵੀ ਪਹਿਲੇ ਦਿਨ ਤੋਂ ਜਦੋਂ ਵੀ ਫਾਰਮ ਪਾਇਆ ਹਨਾ ਗੋਲ ਹੀ ਬਣਾਉਣਾ ਆਪਾਂ ਮੈਨੂੰ ਸਾਰੇ ਫਾਰਮ ਦੀ ਕੋਈ ਖੁਸ਼ੀ ਨਹੀਂ ਆ ਗੋਲ ਬਾਰਾਂ ਦੀ ਬੜੀ ਖੁਸ਼ੀ ਹੈ ਬਾਕੀ ਲੋਕੇਸ਼ਨ ਵੀ ਬੜੀ ਘੈਂਟ ਲੱਗਦੀ ਹੈ ਨਾ ਜੇ ਆਪਾਂ ਦੇਖੀਏ ਤਾਂ ਗਿਆ ਵੀ ਕਰੀ ਜਾਂਦੇ ਹਾਂ ਇਧਰਲੀ ਸਾਈਡ ਬਾਈ ਆਹ ਰੂਮ ਆ ਗਿਆ ਜਿਹੜਾ ਆਪਾਂ ਦੇਖੀਏ ਵੀ ਕੰਮ ਵਾਲੇ ਬੰਦੇ ਵਾਸਤੇ ਬਣਾਤਾ ਇਹ ਕੰਮ ਵਾਲੇ ਤੇ ਜਾਂ ਆਪਣੇ ਆਪ ਦੇ ਰਹਿਣ ਨੂੰ ਜੀ ਤੇ ਲੋਕ ਨਾ ਇਹ ਵਿੰਡੋ ਛੱਡ ਦਿੰਦੇ ਸੀ ਐਂ ਵੀ ਬੱਕਰੀਆਂ ਦੇਖਣ ਵਾਸਤੇ ਆਪਾਂ ਵੀ ਪੂਰਾ ਗੇਟ ਹੀ ਛੱਡਤਾ ਅੱਛਾ ਇਧਰਲੇ ਸਾਈਡ ਗੇਟ ਹੀ ਛੱਡਤਾ ਵਿੰਡੋ ਚ ਵੇਖ ਲਿਆ ਕੋਈ ਬੱਕਰੀ ਗਾਲ ਕਟਾਈ ਬੈਠੇ ਜਾਂ ਸੂਈ ਜਾਂਦੀ ਜਾਂ ਬਿਮਾਰ ਹੈ ਉਹਨੂੰ ਫੇਰ ਬਾਹਰ ਨਿਕਲ ਕੇ ਜਾਣਾ ਪੈਂਦਾ ਸੀ ਹੁਣ ਆਹ ਦੇਖੋ ਇਹਦੇ ਨਾਲ ਅਟੈਚ ਕਰਤਾ ਗੇਟ ਹਨਾ ਉਹ ਵੀ ਰਸਤਾ ਬਣਾਇਆ ਇਧਰ ਫੁਰਨ ਆ ਵੀ ਦਿਖਾ ਦਈ ਬਾਈ ਬਰਾੜਾ ਆ ਦੇਖੋ ਆਹ ਬੜੀ ਘੈਂਟ ਗੱਲ ਲੱਗੀ ਆਪਾਂ ਨੂੰ ਕਿ ਬਾਈ ਨੇ ਜਿਹੜਾ ਰੂਮ ਦਾ ਗੇਟ ਹੈ ਨਾ ਉਹ ਅਟੈਚ ਕਰਤਾ ਤੇ ਇਥੋਂ ਦੀ ਆਹ ਰਸਤਾ ਛੱਡਤਾ ਹਨਾ ਬਾਈ ਇਹ ਹੁਣ ਆ ਵੀ ਇੱਥੇ ਆਪਾਂ ਸਟੋਰ ਬਣਾਇਆ ਫੀਡ ਨੀਰਾ ਰੱਖਣ ਨੂੰ ਜੀ ਠੀਕ ਹੈ ਇੱਥੋਂ ਚੱਕ ਕੇ ਫੀਡ ਦਵਾਈਆਂ ਦੂੰਗਾ ਇੱਥੇ ਹੋਇਆ ਕਰਨਗਾ ਆਹ ਮੇਵਣੇ ਵਾਲੀ ਖੁਰਨੀ ਬਣਾਈ ਹੈ ਬਾਈ ਛੋਟੀ ਇਹਦੇ ਹਜੇ ਪਾਈਪਾਂ ਲੱਗਣੀਆਂ ਕੰਮ ਰਹਿੰਦਾ ਹਜੇ ਉਹ ਪਾਈਪਾਂ ਤੇ ਇਧਰੋਂ ਆਏ ਆਪਦੀ ਫੀਡ ਪਾਓ ਬੱਕਰੀਆਂ ਉਧਰੋਂ ਖਾਣਗੀਆਂ ਨਾ ਤੁਹਾਨੂੰ ਤੁਹਾਡਾ 5-10 ਸਾਲਾਂ ਦਾ ਜਵਾਕ ਵੀ ਸਾਂਭ ਸਕਦਾ ਬੱਕਰੀ ਉਸ ਵੀ ਇਧਰ ਨਾ ਪੈਰ ਮਿਦਨ ਬੜਾ ਨਜ਼ਾਰਾ ਇਹਦਾ ਤਾਂ ਬੱਕਰੀਆਂ ਬਾਰੇ ਬਾਈ ਬਰਾੜ ਜੇ ਆਪਾਂ ਦੇਖੀਏ ਆਪਣੇ ਨੌਜਵਾਨ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਾਈ ਬਾਈ ਕੰਮ ਕਰੋ ਜਿਹੜੇ ਨਾ ਮੈਂ ਕਹਿੰਦਾ 10ਵੀਂ 11ਵੀਂ ਚ ਜਵਾਕ ਜੇ ਹਨਾ ਮੁੰਡੇ ਹੈਗੇ ਆ ਜਾਂ ਕਾਲਜ ਚ ਪੜ੍ਹਦੇ ਆ ਜਾਂ ਹਜੇ ਤੁਸੀਂ ਬਈ ਸਰਕਾਰੀ ਨੌਕਰੀਆਂ ਪ੍ਰਾਈਵੇਟ ਗਾਂ ਜਾ ਕੇ ਕਰਨੀ ਹੈ ਪੜ੍ਹਾਈ ਆਪਦੀ ਰੱਖੋ ਪਰ ਤੁਹਾਡੇ ਕੋਲ ਸ਼ੌਂਕ ਹੁੰਦੇ ਆ ਕੱਪੜਿਆਂ ਕੁੱਪੜਿਆਂ ਦੇ ਜਾਂ ਫੋਨ ਲੈਣਾ ਆਈਫੋਨ ਜਾਂ ਕੋਈ ਬੁਲਟ ਮੋਟਰਸਾਈਕਲ ਲੈਣਾ ਹਨਾ ਤੇ ਤੁਸੀਂ 2-4 ਬੱਕਰੀਆਂ ਰੱਖ ਲਓ ਤੁਹਾਡੇ ਸਾਰੇ ਸ਼ੌਂਕ ਬਈ ਤੁਹਾਨੂੰ ਘਰਦਿਆਂ ਤੋਂ ਪੈਸੇ ਲੈਣ ਦੀ ਲੋੜ ਨਹੀਂ ਏਟੀਐਮ ਆਇਕ ਚੱਲਦਾ ਫਿਰਦਾ ਨਾ ਬਾਈ ਜੇ ਦੇਖੀ ਤਾਂ ਮੇਰੀ ਕੈਸ਼ ਕੂਛ ਨਹੀਂ ਹੁੰਦਾ ਇਹ ਤਾਂ ਬਾਈ ਪੜਾ ਦੀ ਅੱਧੀ ਰਾਤ ਨੂੰ ਆਵਾਜ਼ ਮਾਰ ਵਪਾਰੀ ਉਹਦੇ ਆ ਜਾਣੀ ਮੇਰੇ ਵਰਗਾ ਚੱਕ ਕੇ ਲੈ ਜੂ ਜੀ ਤੇ ਆਪਾਂ ਟੀਪ ਕਰਾਇਆ ਬਈ ਪਲਾਸਟਰ ਨਹੀਂ ਕਰਾਇਆ ਇਹ ਚ ਵੀ ਬਰਾੜ ਕਾਰਨ ਆ ਹਨਾ ਜੀ ਬਾਈ ਕਿਉਂਕਿ ਜਿਹੜੇ ਖੇਤਾਂ ਚ ਨਾ ਸੈੱਲ ਹੁੰਦੀ ਆ ਸੂਰਾ ਸਾਰਾ ਹੁੰਦਾ ਤੇ ਜਿਹੜਾ ਪਲਾਸਟਰ ਹੁੰਦਾ ਪੱਟਿਆ ਜਾਂਦਾ ਜੀ ਇਹ ਆਪਾਂ ਪੂਰਾ ਤਾਰ ਕਰਾ ਕੇ ਬੁਰਸ਼ ਬਰਸ਼ ਮਾਰ ਕੇ ਟੀਪ ਕਰਕੇ ਨਾਲ ਦੀ ਨਾਲ ਆਪਾਂ ਉਹ ਮਾਰੀ ਜਾਂਦੇ ਬਹੁਤ ਬਹੁਤ ਧੰਨਵਾਦ ਬਾਈ ਸੋ ਦੋਸਤੋ ਇਹ ਸੀ ਬਰਾੜ ਬਠਿੰਡੇ ਵਾਲੇ ਦਾ ਬਾਈ ਦਾ ਜਿਹੜਾ ਫਾਰਮ ਆ ਬਹੁਤ ਘੱਟ ਬਾਈਟ ਦੇ ਵਿੱਚ ਤਿਆਰ ਹੋ ਰਿਹਾ ਆਪਾਂ ਤੁਹਾਡੇ ਨਾਲ ਵਾਅਦਾ ਵੀ ਕੀਤਾ ਸੀਗਾ ਕਿ ਆਪਾਂ ਜਿਹੜੀ ਇਹਦੀ ਹਰ ਇੱਕ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਅੱਗੇ ਜਦੋਂ ਬਾਈ ਦਾ ਸਾਰਾ ਕੰਮ ਕੰਪਲੀਟ ਹੋ ਗਿਆ ਨਾ ਜਾਨਵਰਾਂ ਤੱਕ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਅਤੇ ਬਾਕੀ ਬਾਈ ਦਾ ਫਾਰਮ ਕਿਸ ਤਰ੍ਹਾਂ ਦਾ ਲੱਗਿਆ ਗੱਲਾਂ ਬਾਤਾਂ ਕਿਸ ਤਰ੍ਹਾਂ ਦਾ ਲੱਗੀਆਂ ਹੈ ਨਾ ਆਪਣਾ ਜਿਹੜਾ ਕਮੈਂਟ ਬਾਕਸ ਦੇ ਵਿੱਚ ਰਹਿ ਜ਼ਰੂਰ ਦਿਓ ਹੈ ਨਾ ਕਮੈਂਟ ਬਾਕਸ ਦੇ ਵਿੱਚ ਚੰਗੇ ਸੁਝਾਅ ਦਿਓ ਕਿਉਂਕਿ ਬਾਈ ਹਮੇਸ਼ਾ ਜਿਹੜਾ ਆਪਣੀ ਨੌਜਵਾਨ ਪੀੜ੍ਹੀ ਨੂੰ ਐਪਰੀਸ਼ੀਏਟ ਕਰਦਾ ਇਸ ਧੰਦੇ ਦੇ ਵੱਲੀ ਅਤੇ ਬਰਾੜ ਬਾਈ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ ਜਿਹੜੇ ਭਰਾ ਆਪਣੀ ਵੀਡੀਓ ਦੇਖੀ ਬਈ ਉਹਨਾਂ ਦਾ ਵੀ ਧੰਨਵਾਦ ਧੰਨਵਾਦ ਬਾਈ